ਪੰਜਾਬ ਦੇ ਲੁਧਿਆਣੇ ਵਿੱਚ ਨਵੇਂ ਸਾਲ ਦਾ ਸ਼ਹਿਰ ਨਿਵਾਸੀਆਂ ਨੇ ਸ਼ਰੇਆਮ ਸੜਕਾਂ ਤੇ ਜਾਮ ਛਲਕਾ ਕੇ ਸਵਾਗਤ ਕੀਤਾ ਹੈ। ਗਿਪਸ ਮਾਰਕੀਟ ਵਿੱਚ 12 ਵਜੇ ਤੋਂ ਬਾਅਦ ਜਾਮ ਕੀ ਨੌਜਵਾਨਾਂ ਨੇ ਡੀਸੀਪੀ ਦੇ ਆਦੇਸ਼ਾਂ ਦੀ ਉਲੰਘਣਾ ਕੀਤੀ। ਸੜਕ ਤੇ ਨੌਜਵਾਨਾਂ ਵੱਲੋਂ ਗੱਡੀਆਂ ਪਾਰਕ ਕਰਕੇ ਉੱਚੀ ਆਵਾਜ਼ ਵਿੱਚ ਮਿਊਜ਼ਿਕ ਸਿਸਟਮ ਵਜਾਏ ਗਏ। ਹੱਥਾਂ ਵਿੱਚ ਸ਼ਰਾਬ ਦੀਆਂ ਬੋਤਲਾਂ ਗਿਲਾਸ ਫੜ ਕੇ ਨੌਜਵਾਨ ਸੜਕਾਂ ਤੇ ਲਲਕਾਰੇ ਮਾਰਦੇ ਰਹੇ। ਸ਼ਹਿਰ ਵਿੱਚ ਕੁੱਲ 600 ਤੋਂ 700 ਪੁਲਿਸ ਜਵਾਨ ਤੈਨਾਤ ਰਹੇ, ਲੇਕਿਨ ਹੁੜਦੰਗਬਾਜ਼ਾਂ ਨੂੰ ਜਿਹੜੀ ਪੁਲਿਸ ਨਹੀਂ ਰੋਕ ਸਕੀ। ਕਰੀਬ 18 ਤੋਂ 20 ਨਾਕੇ ਲੱਗੇ ਹੋਏ ਸਨ। ਐਂਟਰੀ ਐਂਡ ਐਗਜ਼ਿਟ ਪੁਆਇੰਟ ਵੀ ਪੁਲਿਸ ਨੇ ਸੀਲ ਕਰ ਦਿੱਤੇ ਸੀ। ਸ਼ਹਿਰ ਵਿੱਚ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਲੋਕਾਂ ਨੇ 2023 ਨੂੰ ਅਲਵਿਦਾ ਕਹਿੰਦੇ ਹੋਏ ਨਵੇਂ ਸਾਲ 2024 ਦਾ ਸਵਾਗਤ ਕੀਤਾ ਤੇ ਸ਼ਹਿਰਾਂ ਦੇ ਵਿੱਚ ਕਲੱਬਾਂ ਦੇ ਵਿੱਚ ਤੇ ਲੋਕਾਂ ਦੀ ਭੀੜ ਉਮੜਨੀ ਸ਼ੁਰੂ ਹੋ ਗਈ। ਕੈਪਸ ਮਾਰਕੀਟ, ਗੋਲ ਮਾਰਕੀਟ, ਮਾਡਲ ਟਾਊਨ ਦੇ ਵਿੱਚ ਤਾਂ ਵੱਡੀ ਸੰਖਿਆ ਦੇ ਵਿੱਚ ਲੋਕ ਪਹੁੰਚੇ। ਪੂਰੀ ਰਾਤ ਨੌਜਵਾਨਾਂ ਨੇ ਮਸਤੀ ਕੀਤੀ। ਉੱਥੇ ਹੀ ਦੁਰਗਾ ਮਾਤਾ ਮੰਦਿਰ, ਦੰਡੀ ਸਵਾਮੀ ਮੰਦਿਰ, ਗੁਰਦੁਆਰਾ ਦੂਖ ਨਿਵਾਰਨ ਸਾਹਿਬ ਆਦਿ ਵਿੱਚ ਸੰਗਤ ਨਤਮਸਤਕ ਹੋਈ। ਨਵੇਂ ਸਾਲ ਦਾ ਸਵਾਗਤ ਪਟਾਕਿਆਂ ਦੇ ਧਮਾਕਿਆਂ ਦੇ ਨਾਲ ਹੋਇਆ। ਰਾਤ 12 ਵਜਦੇ ਹੀ ਸੰਗੀਤ ਦੇ ਸ਼ੋਰ ਦੇ ਨਾਲ ਨਾਲ ਪਟਾਕਿਆਂ ਦੇ ਧਮਾਕੇ ਹੁੰਦੇ ਵੀ ਰਹੇ ਅਤੇ ਰੰਗ ਬਿਰੰਗੀ ਰੋਸ਼ਨੀ ਦੇ ਨਾਲ ਆਸਮਾਨ ਖਿੜਿਆ। ਸੋ ਇਸ ਤਰੀਕੇ ਨਾਲ ਲੁਧਿਆਣਾ ਸ਼ਹਿਰ ਵਾਸੀਆਂ ਨੇ ਨਵੇਂ ਸਾਲ ਦਾ ਜਿਹੜਾ ਸਵਾਗਤ ਕੀਤਾ ਹੈ। ਅਪਡੇਟ ਲੈ ਕੇ ਰੂਬਰੂ ਹੋਵਾਂਗੇ, ਵੇਖਦੇ ਰਹੋ ਲੁਧਿਆਣਾ ਲਾਈਵ।